ਸਮਾਣਾ ਭਵਾਨੀਗੜ੍ਹ ਸੜਕ ਤੇ ਸਥਿਤ ਇੱਕ ਸੋਲਵੈਕਸ ਪਲਾਂਟ ਵਿੱਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅੱਗ ਲੱਗਣ ਨਾਲ ਮਸ਼ੀਨਰੀ ਸਮੇਤ ਕਰੋੜਾਂ ਰੁਪਏ ਦੀ ਕੀਮਤ ਦਾ ਗੋਦਾਮ 'ਚ ਪਿਆ ਮਾਲ ਸੜ ਕੇ ਸਵਾਹ ਹੋ ਗਿਆ। ਸੂਚਨਾ ਮਿਲਣ ਤੇ ਸਮਾਣਾ, ਪਟਿਆਲਾ, ਸੰਗਰੂਰ ਤੇ ਚੀਕਾ ਤੋਂ ਪਹੁੰਚੇ ਦਰਜਨਾਂ ਫਾਇਰ ਬ੍ਰਿਗੇਡ ਦਸਤਿਆਂ ਨੇ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਲੱਗੀ ਅੱਗ ਤੇ ਕਾਬੂ ਪਾਇਆ। ਸਮਾਣਾ 'ਚ ਭੇਡਪੁਰੀ ਸੜਕ ਤੇ ਸਥਿਤ ਗੋਇਲ ਸੋਲਵੈਕਸ ਨਾਮਕ ਚਾਵਲ ਦੀ ਪਾਲਿਸ਼ ਤੋਂ ਤੇਲ ਕੱਢਣ ਵਾਲੀ ਇਸ ਮਿਲ 'ਚ ਸੋਮਵਾਰ ਯਾਨੀ ਅੱਜ ਸਵੇਰੇ ਤੜਕੇ ਅੱਗ ਲੱਗ ਗਈ, ਜਿਸ ਦੀ ਜਾਣਕਾਰੀ ਮਿਲਦੇ ਉੱਪਰੋਂ ਅੱਗ ਦੀਆਂ ਲਪਟਾਂ ਨਿਕਲਣ ਦੇ ਬਾਅਦ ਚੌਕੀਦਾਰ ਨੂੰ ਪਤਾ ਲੱਗਣ ਤੇ ਉਸ ਨੇ ਚੀਕਾ 'ਚ ਰਹਿਣ ਵਾਲੇ ਮਿਲ ਮਾਲਕਾਂ ਨੂੰ ਇਸ ਦੀ ਸੂਚਨਾ ਦਿੱਤੀ। ਅੱਗ ਇੰਨੀ ਭਿਆਨਕ ਸੀ ਕਿ ਉਸ ਦੇ ਸੇਕ ਨਾਲ ਗੋਦਾਮ 'ਚ ਨੇੜੇ ਤੇੜੇ ਅਤੇ ਉੱਪਰ ਦੀਆਂ ਲੋਹੇ ਦੀਆਂ ਚਾਦਰਾਂ ਪਿਘਲ ਕੇ ਮੁੜ ਗਈਆਂ ਤੇ ਗੋਲੇ ਸ਼ੈੱਡਾਂ ਦੇ ਬਾਹਰ DOC ਤੇ ਡਿੱਗਣ ਨਾਲ ਬੋਰੀਆਂ 'ਚ ਭਰਿਆ DOC ਅੱਗ ਦੀ ਲਪੇਟ 'ਚ ਆ ਗਿਆ। ਇਹ 3 ਘੰਟੇ ਹੋ ਗਏ ਅੱਗ ਲੱਗੀ ਨਾ, ਪ੍ਰਸ਼ਾਸਨ ਕੀ ਪੂਰੀ ਢਲਾਈ ਹੈ, ਕੋਈ ਕਾਰਵਾਈ ਨਹੀਂ ਹੋ ਰਹੀ, ਕਹੀਂ ਸੇ ਫਾਇਰ ਬ੍ਰਿਗੇਡ ਨਹੀਂ ਪਹੁੰਚ ਰਹੀ ਜਲਦੀ, ਲਾਪਰਵਾਹੀ ਹੈ, ਅਧਿਕਾਰੀ ਸੋਏ ਪਏ ਹੈ, ਉਰਾ ਕਰੋੜੋਂ ਦਾ ਨੁਕਸਾਨ ਹੋ ਰਿਹਾ, ਅਭੀ ਵੀ ਕੋਈ ਕਾਬੂ ਨਹੀਂ ਆਈ। ਕਿਆ ਚੀਜ਼ ਤਿਆਰ ਹੋਤੀ ਹੈ? ਇਸ ਮੈਂ ਤੇਲ ਤਿਆਰ ਹੋਤਾ ਹੈ ਪਾਲਿਸ਼ ਸੇ। ਚਾਵਲ ਕੀ ਪਾਲਿਸ਼? ਹਾਂ। ਕਿਤਨੇ ਕਿਤਨੇ ਕਾ ਪਲਾਂਟ ਹੋਤਾ ਹੈ? ਇਹ 10 ਕਰੋੜ ਕਾ, ਲਗਭਗ 10-12 ਕਰੋੜ ਕਾ ਹੈ ਔਰ ਨੁਕਸਾਨ ਬਹੁਤ ਹੋ ਚੁੱਕਾ ਹੈ, ਸਾਰਾ ਪ੍ਰਸ਼ਾਸਨ ਕੀ ਲਾਪਰਵਾਹੀ ਹੈ। ਗੋਇਲ ਸੋਲਵੈਕਸ ਪਲਾਂਟ ਹੈ ਜੀ, ਸਾਡੇ ਭੇਡਪੁਰੀ ਰੋਡ ਤੇ ਲੱਗਿਆ ਹੋਇਆ ਹੈ ਤੇ ਇਹ ਅੱਗ ਤਕਰੀਬਨ 5:30 ਵਜੇ ਦੀ ਲੱਗੀ ਹੋਈ ਹੈ। ਅੱਗ ਤੇ ਕੰਟਰੋਲ ਹੋ ਨਹੀਂ ਪਾ ਰਿਹਾ, ਗੱਡੀਆਂ ਦੀ ਘਾਟ ਹੈ, ਇੱਥੇ ਘੱਟੋ ਘੱਟ 14-15 ਗੱਡੀਆਂ ਚਾਹੀਦੀਆਂ ਨੇ ਤਾਂ ਜਾ ਕੇ ਕਿਤੇ ਕੰਟਰੋਲ ਹੋਊਗਾ। ਇਹ ਮੇਰਾ ਖਿਆਲ ਹੈ ਵੀ ਕਰੋੜਾਂ ਦੀ ਤਾਦਾਦ 'ਚ ਨੁਕਸਾਨ ਹੋ ਗਿਆ, ਅੱਗ ਬਹੁਤ ਜ਼ਿਆਦਾ ਫੈਲੀ ਹੋਈ ਹੈ, ਕਿਸੇ ਬੱਸ ਨਹੀਂ ਚੱਲ ਰਿਹਾ। ਮੈਂ ਕਹਿ ਰਿਹਾ ਜੀ, ਆਲੇ ਦੁਆਲੇ ਸਾਰੀ ਕਣਕ ਪੱਕੀ ਪਈ ਹੈ, ਜੇ ਇਹ ਨਾ ਇਹਦਾ ਕੰਟਰੋਲ ਕਰਿਆ ਗਿਆ, ਇਹ ਪ੍ਰਸ਼ਾਸਨ ਨੂੰ ਬਹੁਤ ਜਲਦੀ ਗੌਰ ਕਰਨੀ ਚਾਹੀਦੀ ਹੈ, DC ਸਾਹਿਬ ਨੂੰ ਆਲੇ ਦੁਆਲੇ ਜ਼ਿਲ੍ਹਿਆਂ ਤੋਂ ਦੂਸਰਿਆਂ ਤੋਂ ਗੱਡੀਆਂ ਮੰਗਾ ਕੇ ਕਵਰਿੰਗ ਕਰਨੀ ਚਾਹੀਦੀ ਹੈ। 4 ਚੁਫੇਰੇ ਕਣਕ ਪੱਕੀ ਪਈ ਹੈ ਅਤੇ ਜਿਹੜਾ ਇੱਥੇ ਦਾ ਫਾਇਰ ਹੋ ਗਈ, ਹੁਣ ਇੱਥੇ ਦਾ ਤਕਰੀਬਨ ਮੇਰਾ ਖਿਆਲ ਹੈ ਵੀ 7-8 ਕਰੋੜ ਦੀ ਗੇੜ ਦੇ ਵਿੱਚ ਇਹਦਾ ਨੁਕਸਾਨ ਹੋ ਰਿਹਾ ਲੱਗਦਾ। ਅਤੇ ਇਹਦੇ ਵਿੱਚ ਇਹ ਸੋਲਵੈਕਸ ਪਲਾਂਟ ਹੈ ਜੀ, ਐਡੀਬਲ ਤੇਲ ਵੀ ਤਿਆਰ ਹੁੰਦਾ, ਜਿਹੜਾ ਖਾਣ ਵਾਲਾ ਤੇਲ ਹੈ ਤਾਜ਼ੀ ਪਾਲਿਸ਼ ਆ ਕੇ, ਅਤੇ ਉਸ ਤੋਂ ਬਾਕੀ ਜਿਹੜਾ ਦੂਸਰਾ ਤੇਲ ਉਹ ਤੋਂ ਸਾਬਣ ਵਗੈਰਾ ਵੀ ਬਣਦੀ ਹੈ ਜਿਹੜਾ ਨੋਨ ਐਡੀਬਲ ਹੋ ਜਾਂਦਾ। ਬਹੁਤ ਕੁਛ ਹੋ ਸਕਦਾ, ਜਾਨੀ ਨੁਕਸਾਨ ਵੀ ਹੋ ਸਕਦਾ ਇਹਦੇ, ਜਿਸ ਤਰ੍ਹਾਂ ਤੇਲ ਵਿੱਚ ਪਿਆ ਨਾ, ਉਹਦੇ ਵਿੱਚ ਸਟੋਕ ਦੇ ਵਿੱਚ ਪਿਆ, ਮੂਵ ਹੋਇਆ ਨਹੀਂ ਕਿਤੇ, ਆਉਣ ਜਾਣਾ ਬੰਦ ਸੀਗਾ ਕਰਫਿਊ ਕਰਕੇ, ਇਸ ਕਰਕੇ ਬਹੁਤ ਵੱਡਾ ਨੁਕਸਾਨ ਹੋ ਗਿਆ ਅਤੇ ਹੋਰ ਵੀ ਬਹੁਤ ਜ਼ਿਆਦਾ ਹੋ ਸਕਦਾ ਜੇ ਤਾਂ ਕੰਟਰੋਲ ਨਾ ਹੋਇਆ। ਅਸੀਂ DC ਸਾਹਿਬ ਨੂੰ ਇਹ ਅਪੀਲ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿੰਨੀਆਂ ਗੱਡੀਆਂ ਵੱਧ ਤੋਂ ਵੱਧ ਆ ਸਕਦੀਆਂ ਨੇ ਓਨੀਆਂ ਆਲੇ ਦੁਆਲੇ ਜ਼ਿਲ੍ਹਿਆਂ 'ਚ ਫੋਨ ਕਰਕੇ ਮੰਗਾਈਆਂ ਜਾਣ। ਆਪ ਜੀ ਦੇਖ ਰਹੇ ਹੋ ਪਟਿਆਲਾ TV, ਪਟਿਆਲਾ TV ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ TV। ਹੁਣ ਤੁਹਾਡੀ 10ਵੀਂ ਅਤੇ 12ਵੀਂ ਤੋਂ ਬਾਅਦ ਨੌਕਰੀ ਦੀ ਚਿੰਤਾ ਖਤਮ। ਗਲੋਬਲ ਅਚੀਵਰਸ ਅਵਾਰਡ ਨਾਲ ਸਨਮਾਨਿਤ ਪਟਿਆਲਾ ਦੀ ਸਵੈ ਰੋਜ਼ਗਾਰ ਪ੍ਰਦਾਨ ਕਰਵਾਉਣ ਵਾਲੀ ਪਹਿਲੀ ਅਤੇ ਸਭ ਤੋਂ ਪੁਰਾਣੀ ਸੰਸਥਾ, ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ISO ਪ੍ਰਮਾਣਿਤ, ਪੰਜਾਬ ਦਾ ਨੰਬਰ 1 ਇੰਸਟੀਚਿਊਟ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ, ਫੈਕਟਰੀ ਏਰੀਆ, ਨੀਅਰ ਸ਼ਿਵ ਮੰਦਿਰ, ਪਟਿਆਲਾ, ਪੰਜਾਬ।